ਹਾਂਜੀ, ਸੋ ਅੱਜ ਦਿਨ ਹੈਗਾ ਐਤਵਾਰ, ਅਤੇ ਅਸੀਂ ਸੋਚਿਆ ਵੀ ਕਿਉਂ ਨਾ ਕਿਤੇ ਬਾਹਰ ਜਾਇਆ ਜਾਵੇ। ਸੋ ਇਹ ਅਸੀਂ ਕੈਲਗਰੀ ਤੋਂ ਜਾ ਰਹੇ ਹਾਂ ਗਰਾਸੀ ਲੇਕ। ਇਹ 1.25 ਘੰਟੇ ਦੀ ਵਾਟ 'ਤੇ ਆ, ਅਤੇ ਮੌਸਮ ਬਹੁਤ ਸੋਹਣਾ ਸੀ ਇਸ ਦਿਨ। ਸਪੈਸ਼ਲੀ ਅਸੀਂ ਗਏ ਸੀਗੇ ਇਹ ਗਰਾਸੀ ਲੇਕ, ਜਿਹੜੀ ਕਿ ਕੈਨਮੋਰ ਦੇ ਕੋਲ ਪੈਂਦੀ ਆ। ਸੋ ਤੁਸੀਂ ਅੱਗੇ ਅੱਗੇ ਦੇਖੋਗੇ ਕਿ ਕਿੰਨਾ ਸੋਹਣਾ ਵਿਊ ਸੀਗਾ ਉੱਥੇ। ਇਹ ਬਾਈ ਜੀ ਡਰਾਈਵ ਕਰ ਰਹੇ ਨੇ, ਇਹ ਤੁਸੀਂ ਸਾਡੀ ਗੱਡੀ ਦੇ ਵਿੱਚੋਂ ਵਿਊ ਦੇਖ ਸਕਦੇ ਹੋ ਬਾਹਰ ਦੇ। ਅੱਛਾ ਜੀ, ਜਗ੍ਹਾ ਦਾ ਨਾਮ ਕੀ ਆ? ਇਹ ਗਰਾਸੀ ਲੇਕ ਕਹਿੰਦੇ ਜੀ। ਇਹ ਕਿੰਨੀ ਦੂਰ ਆ ਜੀ ਕੈਲਗਰੀ ਤੋਂ? ਇਹ ਕੈਲਗਰੀ ਤੋਂ ਆਲਮੋਸਟ 1.25 ਘੰਟੇ ਦੀ ਵਾਟ 'ਤੇ ਆ, 1 ਘੰਟਾ 15 ਮਿੰਟ ਲੱਗ ਜਾਂਦੇ ਆ। ਪਾਣੀ ਦਾ ਰੰਗ ਦਿਖਾਓ ਜੀ, ਮਾੜਾ ਜਿਹਾ ਵਿੱਚ ਪੱਥਰ ਪਏਗੀ ਸਾਰਾ। ਹਾਂਜੀ, ਇਹ ਫਿਰ ਤੁਹਾਨੂੰ ਵਰਥ ਲੱਗ ਰਿਹਾ ਇੱਥੇ ਆਉਣਾ? ਤੁਹਾਨੂੰ ਵੀ ਇੰਨੀ ਡਰਾਈਵ ਕਰਕੇ ਤੁਹਾਨੂੰ ਕਿੱਦਾਂ ਲੱਗਿਆ? ਕਿਉਂਕਿ ਆਪਾਂ ਟੌਪ ਪੁਆਇੰਟ 'ਤੇ ਆਲਮੋਸਟ। ਅੱਛਾ ਜੀ, ਅੱਛਾ ਜੀ, ਕਿੰਨੀ ਉਚਾਈ 'ਤੇ ਆਉਣਾ ਇਹ ਤੁਹਾਡੇ ਹਿਸਾਬ ਨਾਲ? ਆਪਾਂ ਕਿੰਨੀ ਉਚਾਈ 'ਤੇ ਖੜੇ ਹਾਂ ਤੁਸੀਂ? ਸੜਕ ਤਾਂ ਬਹੁਤ ਉੱਚੀ ਹੈ। ਠੀਕ ਹੈ, ਸਾਰਾ
ਹਾਂਜੀ, ਸੋ ਇੱਥੇ ਜਿਹੜਾ ਵਿਊ ਸੀਗਾ ਉਹ ਸਾਨੂੰ ਬਹੁਤ ਹੀ ਵਧੀਆ ਲੱਗਿਆ। ਬਹੁਤ ਜ਼ਿਆਦਾ ਗਰੀਨਰੀ ਸੀਗੀ, ਔਰ ਜਿਹੜਾ ਕਿ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਜੂਮ ਕਰਕੇ, ਉਹ ਬੱਦਲ ਲੱਗਦੇ ਸੀ ਵੀ ਪਹਾੜਾਂ ਦੇ ਨਾਲ ਬਿਲਕੁਲ ਟੱਚ ਕਰ ਰਹੇ ਆ। ਇੱਥੇ ਅਸੀਂ ਸਿਰਫ ਫੋਟੋਆਂ ਖਿਚਾਉਣ ਲਈ ਰੁਕੇ ਸੀ ਥੋੜ੍ਹਾ ਜਿਹਾ ਟਾਈਮ, ਥੱਲੇ ਤੁਸੀਂ ਪਾਣੀ ਦੇਖ ਰਹੇ ਹੋ।